ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦੀ ਜਿਹੜੀ ਹੈ ਤਿਆਰੀ ਪੂਰੀ ਖਿੱਚ ਲਈ ਗਈ ਹੈ। ਸ਼ੰਭੂ ਬਾਰਡਰ, ਖਨੌਰੀ ਬਾਰਡਰ ਅਤੇ ਹੋਰ ਬਾਰਡਰ 'ਤੇ ਜਿਹੜੇ ਕਿਸਾਨ ਨੇ ਪੂਰੀ ਤਿਆਰੀ ਨਾਲ ਬੈਠੇ ਨੇ। ਵੱਡੀਆਂ ਮਸ਼ੀਨਾਂ ਜਿਹੜੀਆਂ ਉਹਨਾਂ ਦੇ ਵੱਲੋਂ ਲਿਆਂਦੀਆਂ ਗਈਆਂ ਨੇ, ਤਸਵੀਰਾਂ ਦੇ ਵਿੱਚ ਉਹ ਵੀ ਤੁਸੀਂ ਦੇਖ ਸਕਦੇ ਹੋ। ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦੇ ਵੱਲੋਂ ਜਿਹੜੀ ਆ ਅੱਜ ਸ਼ੰਭੂ ਬਾਰਡਰ 'ਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ, ਤਾਂ ਪੰਧੇਰ ਦੇ ਵੱਲੋਂ ਕਿਸਾਨ ਆਗੂ ਜਿਹੜਾ ਵਾ ਸਰਵਨ ਸਿੰਘ ਪੰਧੇਰ, ਉਸਦੇ ਵੱਲੋਂ ਵੱਡਾ ਬਿਆਨ ਜਿਹੜਾ ਉਹ ਦਿੱਤਾ ਜਾ ਰਿਹਾ। ਅਤੇ ਫੋਨ ਲਾਈਨ 'ਤੇ ਮੇਰੇ ਨਾਲ ਨੇ ਸ਼ੰਭੂ ਬਾਰਡਰ 'ਤੇ ਮੌਜੂਦ ਮੇਰੇ ਸਹਿਯੋਗੀ ਮਨਜੋਤ, ਉਹਨਾਂ ਨਾਲ ਗੱਲਬਾਤ ਕਰਦੇ ਜੀ। ਮਨਜੋਤ, ਸ਼ੰਭੂ ਬਾਰਡਰ 'ਤੇ ਜਿਹੜੀ ਆ ਕਿਸਾਨਾਂ ਦੇ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਜਿਹੜੀ ਆ ਕੀਤੀ ਜਾ ਰਹੀ ਆ, ਉਸਦੇ ਵਿੱਚ ਕੀ ਕਿਹਾ ਜਾ ਰਿਹਾ ਹੈ ਇਹ ਥੋੜ੍ਹਾ ਸਾਡੇ ਦਰਸ਼ਕਾਂ ਨੂੰ ਦੱਸਿਆ ਜਾਵੇ। ਜੀ ਬਾਗਾ, ਸਭ ਤੋਂ ਪਹਿਲਾਂ ਦੱਸ ਦਈਏ ਕਿ ਅੱਜ ਬੜਾ ਅਹਿਮ ਦਿਨ ਹੈ। ਉਹ 11 ਵਜੇ ਦਾ ਸਮਾਂ ਦਿੱਤਾ ਗਿਆ ਸੀ 21 ਤਰੀਕ ਨੂੰ ਕਿ ਅਸੀਂ ਸ਼ੰਭੂ ਬਾਰਡਰ ਹੋਵੇ ਜਾਂ ਖਨੌਰੀ ਬਾਰਡਰ ਜਾਂ ਫਿਰ ਡੱਬ ਵਾਲੀ ਬਾਰਡਰ ਹੋਵੇ ਉੱਥੋਂ ਦਿੱਲੀ ਕੂਚ ਕਰਾਂਗੇ। ਤਾਂ ਜਗਜੀਤ ਸਿੰਘ ਡੱਲੇਵਾਲ ਔਰ ਸਰਵਨ ਸਿੰਘ ਪੰਧੇਰ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ, ਜਿਸਦੇ ਵਿੱਚ ਖਾਸ ਤੌਰ ਦੇ ਉੱਪਰ ਇਹ ਬਿਆਨ ਜਿਹੜਾ ਸਿੱਧੇ ਤੌਰ ਦੇ ਉੱਪਰ ਸਰਵਨ ਸਿੰਘ ਪੰਧੇਰ ਵੱਲੋਂ ਦਿੱਤਾ ਗਿਆ ਕਿ ਅੱਜ ਦਾ ਦਿਨ ਜਿਹੜਾ ਬੜਾ ਅਹਿਮ ਹੈ ਔਰ ਅਸੀਂ ਜਿਹੜੀ ਵਾਰਤਾ ਦੇ ਲਈ ਹਮੇਸ਼ਾ ਕੇਂਦਰ ਸਰਕਾਰ ਦੇ ਨਾਲ ਤਿਆਰ ਰਹੇ ਸੀ ਔਰ ਤਿਆਰ ਹਾਂ ਹੁਣ ਵੀ। ਔਰ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਕਿ ਕੇਂਦਰ ਸਰਕਾਰ ਜਿਹੜੀ ਆ ਉਹ ਕਿਸਾਨਾਂ ਦੀ ਨਾਲ ਖੂਨ ਦੀ ਹੇਲੀ ਜਿਹੜੀ ਹੋਲੀ ਆ ਉਹ ਖੇਡੇਗੀ ਅੱਜ ਸ਼ੰਭੂ ਬਾਰਡਰ ਦੇ ਉੱਪਰ। ਲੇਕਿਨ ਜੋ ਦੂਸਰੇ ਪਾਸੇ ਇਹ ਵੀ ਨਾਲ ਕਿਹਾ ਜਾ ਰਿਹਾ ਕਿ ਜਿਹੜਾ ਵੱਡਾ MSP ਗਰੰਟੀ ਕਾਨੂੰਨ ਜਿਹੜਾ ਸੀ, ਜਿਸ ਦੇ ਉੱਪਰ ਹਰੇਕ ਮੀਟਿੰਗ ਦੇ ਵਿੱਚ ਪੇਚ ਫਸਦਾ ਆਇਆ, ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਉਹ ਗਰੰਟੀ ਕਾਨੂੰਨ ਬਣਾ ਕੇ ਦੇਣਾ ਚਾਹੀਦਾ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਪੂਰੇ ਦੇਸ਼ ਦੇ ਨੇ, ਉਹ ਕੇਵਲ ਹਰਿਆਣੇ ਦੇ ਜਾਂ ਦਿੱਲੀ ਦੇ ਨਹੀਂ ਨੇ, ਕਿਉਂਕਿ ਸਾਰੇ ਲੋਕ ਜਿਹੜੇ ਨੇ ਪੰਜਾਬ ਦੇ ਨੇ ਜਾਂ ਫਿਰ ਸਾਰੇ ਦੇਸ਼ ਦੇ ਨੇ, ਉਹਨਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਇਆ। ਲੇਕਿਨ ਹੁਣ ਜਿਸ ਤਰੀਕੇ ਦਾ ਲੋਕਤੰਤਰਿਕ ਤੱਤ ਬਣਿਆ ਜਾ ਰਿਹਾ ਹਰਿਆਣੇ ਦੇ ਵਿੱਚ, ਸਾਨੂੰ ਅੰਦਰ ਐਂਟਰ ਨਹੀਂ ਕਰਨ ਦਿੱਤਾ ਜਾ ਰਿਹਾ, ਤਾਂ ਇਹ ਕਿਤੇ ਨਾ ਕਿਤੇ ਬੜੀ ਵੱਡੀ ਗੱਲ ਹੈ ਔਰ ਬੜੀ ਗਲਤ ਗੱਲ ਹੈ। ਔਰ ਬਾਰਡਰਾਂ ਦੀ ਵੀ ਗੱਲ ਜੇਕਰ ਲੈ ਲਈਏ ਤਾਂ ਉਹਨਾਂ ਨੇ ਪਹਿਲਾਂ ਤੋਂ ਵੀ ਬਿਆਨ ਜਾਰੀ ਕਰਦੇ ਆਉਂਦੇ ਨੇ ਕਿ ਉਹਨਾਂ ਨੇ ਹਰਿਆਣੇ ਦੇ ਜਿਹੜਾ ਪੰਜਾਬ ਦਾ ਬਾਰਡਰ ਹੈ ਉਸਨੂੰ ਭਾਰਤ ਅਤੇ ਪਾਕਿਸਤਾਨ ਦਾ ਬਾਰਡਰ ਬਣਾ ਦਿੱਤਾ, ਜਿਸ ਤਰੀਕੇ ਨਾਲ ਪਿਛਲੇ ਦਿਨੀ ਵੀ ਜਿਹੜੇ ਅਥਰੂ ਗੈਸ ਦੇ ਗੋਲੇ ਲਗਾਤਾਰ ਜਾਰੀ ਚੱਲ ਰਹੇ ਸੀ ਔਰ ਬਾਅਦ ਦੇ ਵਿੱਚ ਰਬੜ ਦੀਆਂ ਜਿਹੜੀਆਂ ਗੋਲੀਆਂ ਸੀ ਔਰ 12 ਬੋਰਾਂ ਵੀ ਜਿਹੜੀ ਗਈ ਕਿਸਾਨਾਂ ਨੂੰ ਲੱਗਿਆ ਜਿਹਾ। ਤਾਂ ਹੁਣ ਸਿੱਧੇ ਤੌਰ ਦੇ ਉੱਪਰ ਐਲਾਨ ਇਹੀ ਹੈ ਕਿ ਜੇਕਰ ਜਿਹੜੀ ਮੰਗਾਂ ਨਹੀਂ ਮੰਨਦੀ ਤੇ ਸਾਨੂੰ MSP ਗਰੰਟੀ ਕਾਨੂੰਨ ਔਰ ਸਵਾਮੀਨਾਥਨ ਦੀ ਰਿਪੋਰਟ ਮੁਤਾਬਕ ਜਿਹੜਾ ਮੁਆਵਜ਼ਾ ਹੈ ਉਹ ਨਹੀਂ ਦਿੰਦੀ, ਤਾਂ ਹੁਣ ਦਿੱਲੀ ਕੂਚ ਕਿਸਾਨ ਕਰਨਗੇ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਬੜਾ ਪੀਸਫੁਲੀ ਅਸੀਂ ਅੱਗੇ ਵਧਾਂਗੇ, ਲੇਕਿਨ ਜੇਕਰ ਹਰਿਆਣਾ ਪ੍ਰਸ਼ਾਸਨ ਕੋਈ ਕਾਰਵਾਈ ਕਰਦਾ ਹੈ ਤਾਂ ਸਿੱਧੇ ਤੌਰ ਦੇ ਉੱਪਰ ਉਹਨਾਂ ਨੇ ਇਹੀ ਕਿਹਾ ਕਿ ਅਸੀਂ ਫਿਲਹਾਲ ਫਿਰ ਵੀ ਸਿੱਧੇ ਹੱਥ ਖੜੇ ਕਰਕੇ ਹੀ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਅੱਗੇ ਵਧਾਂਗੇ। ਔਰ ਕੇਂਦਰ ਸਰਕਾਰ ਨੂੰ ਵੀ ਇਹ ਚਾਹੀਦਾ ਹੈ, ਅਮਿਤ ਸ਼ਾਹ ਨੂੰ ਵੀ ਇਹ ਚਾਹੀਦਾ ਹੈ ਕਿ ਜਿਹੜਾ ਹਰਿਆਣੇ ਦਾ ਬਾਰਡਰ ਬਣਾਇਆ ਹੋਇਆ ਜੋ ਬੈਰੀਗੇਟ ਲਗਾ ਕੇ ਔਰ ਉੱਥੇ ਲੋਹੇ ਦੀਆਂ ਕਿੱਲਾਂ ਲਾਈਆਂ ਹੋਈਆਂ ਨੇ, ਉਸ ਨੂੰ ਪੂਰਨ ਤੌਰ ਦੇ ਉੱਪਰ ਹਟਾ ਦਿੱਤਾ ਜਾਵੇ ਔਰ ਸਾਨੂੰ ਦਿੱਲੀ ਜਾ ਦਿੱਤਾ ਜਾਵੇ। ਧੰਨਵਾਦ ਮਨਜੋਤ, ਹੋਰ ਜਾਣਕਾਰੀ ਲਈ। ਜੀ ਜੀ ਮਨਜੋਤ, ਆਵਾਜ਼ ਤੁਹਾਡੀ ਵਿੱਚ ਕੱਟੀ ਗਈ ਸੀਗੀ। ਹਾਂਜੀ ਜੀ, ਉਹਨਾਂ ਨੇ ਇਹ ਵੀ ਨਾਲ ਕਿਹਾ ਹੈ ਕਿ ਅਮਿਤ ਸ਼ਾਹ ਨੂੰ ਇਹ ਚਾਹੀਦਾ ਕਿ ਜਿਹੜਾ ਹਰਿਆਣੇ ਦੇ ਉੱਪਰ ਬੈਰੀਕੇਡਿੰਗ ਕੀਤੀ ਹੋਈ ਹੈ ਸ਼ੰਭੂ ਬਾਰਡਰ ਦੇ ਉੱਪਰ ਉਸਨੂੰ ਹਟਾ ਦਿੱਤਾ ਜਾਵੇ ਔਰ ਸਾਨੂੰ ਪੀਸਫੁਲੀ ਦਿੱਲੀ ਜਾਣ ਦੇ ਲਈ ਇਜਾਜ਼ਤ ਦਿੱਤੀ ਜਾਵੇ ਔਰ ਦਿੱਲੀ ਵੀ ਇੱਕ ਜਗ੍ਹਾ ਅਲੋਟ ਕੀਤੀ ਜਾਵੇ ਜਿਸ ਜਗ੍ਹਾ ਦੇ ਉੱਪਰ ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਔਰ ਕਿਸਾਨ ਜਥੇਬੰਦੀਆਂ ਨੇ ਉਸ ਜਗ੍ਹਾ ਦੇ ਉੱਪਰ ਬੈਠ ਕੇ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਸਕਣ। ਔਰ ਬੀਤੇ ਕੱਲ ਵੀ ਐਲਾਨ ਹੋਇਆ ਸੀ ਕਿ ਅਸੀਂ ਜਦੋਂ ਦਿੱਲੀ ਜਾਣਾ ਹੈ ਗੁਰਬਾਣੀ ਦਾ ਜਾਪ ਕਰਦੇ ਹੋਏ ਸ਼ੰਭੂ ਬਾਰਡਰ ਤੋਂ ਅੱਗੇ ਨਿਕਲਾਂਗੇ ਔਰ ਇਸ ਦੇ ਨਾਲ ਹੀ ਜੇਕਰ ਕੋਈ ਵੀ ਉਸ ਜਗ੍ਹਾ ਦੇ ਉੱਪਰ ਘਟਨਾ ਹੁੰਦੀ ਹੈ, ਕੋਈ ਇਸ ਜਗ੍ਹਾ ਜਿਹੜੀ ਸੰਵੇਦਨਸ਼ੀਲ ਮਾਹੌਲ ਬਣਦਾ ਹੈ, ਤਣਾਅਪੂਰਨ ਮਾਹੌਲ ਬਣਦਾ, ਤਾਂ ਉਸਦਾ ਸਿੱਧੇ ਜ਼ਿੰਮੇਵਾਰ ਜਿਹੜੀ ਉਹ ਕੇਂਦਰ ਦੀ ਸਰਕਾਰ ਹੋਵੇਗੀ ਔਰ ਨਾਲ ਹਰਿਆਣੇ ਦੇ ਮੁੱਖ ਮੰਤਰੀ ਹੋਣਗੇ, ਹਰਿਆਣੇ ਦਾ ਪ੍ਰਸ਼ਾਸਨ ਹੋਵੇਗਾ, ਕਿਉਂਕਿ ਜਿਹੜੇ ਕਿਸਾਨ ਨੇ ਕਿਸਾਨਾਂ ਤੇ ਅਜਿਹਾ ਕੋਈ ਹਥਿਆਰ ਨਹੀਂ ਹੈ ਜਿਸ ਦੇ ਨਾਲ ਕੋਈ ਹਾਦਸਾ ਵਾਪਰ ਸਕੇ, ਲੇਕਿਨ ਜਿਹੜੀ ਦੂਸਰੇ ਪਾਸੇ ਹਰਿਆਣਾ ਪ੍ਰਸ਼ਾਸਨ ਹੈ ਉਹ ਥਰੂ ਗੈਸ ਦੇ ਗੋਲੇ ਵੀ ਸੁੱਟ ਰਹੀ ਹੈ
ਰਬੜ ਬੁਲਟਸ ਜਿਹੜੀ ਆ ਉਹ ਵੀ ਯੂਜ਼ ਕਰ ਰਹੀ ਹੈ, ਸੋਨਿਕ ਬੌਂਬ ਵੀ ਯੂਜ਼ ਕੀਤਾ ਜਾ ਰਿਹਾ। ਔਰ ਅੱਜ ਇਹ ਵੀ ਚਰਚਾ ਹੈ ਕਿ ਹਰਿਆਣੇ ਵਾਲੇ ਪਾਸੇ ਤੋਂ ਸੋਨਿਕ ਜਿਹੜੀ ਗਨ ਹੈ ਉਹ ਵੀ ਯੂਜ਼ ਕੀਤੀ ਜਾਵੇਗੀ, ਜੋ ਕਿ ਆਮ ਤੌਰ ਦੇ ਉੱਪਰ ਦੋਨੋਂ ਸੂਬਿਆਂ ਦੀ ਜਿਹੜੀ ਬਾਰਡਰ ਹੈ ਉਸਦੇ ਉੱਪਰ ਨਹੀਂ ਇਸਤੇਮਾਲ ਕੀਤੀ ਜਾ ਸਕਦੀ, ਕਿਉਂਕਿ ਇਹ ਖਾਸ ਤੌਰ ਦੇ ਉੱਪਰ ਅਜਿਹਾ ਹਥਿਆਰ ਹੈ ਜੋ ਕਿ ਆਮ ਲੋਕਾਂ ਦੇ ਲਈ ਨਹੀਂ ਬਣਿਆ, ਕਿਉਂਕਿ ਬੜੀ ਦੂਰ ਤੱਕ ਇਹ ਮਾਰ ਕਰਦਾ ਹੈ, ਜਿਸ ਦੇ ਨਾਲ ਜਿਹੜੇ ਕਿਸਾਨ ਨੇ ਉਹਨਾਂ ਦੇ ਵਿੱਚ ਜਿਹੜੀ ਹਾਲਤ ਹੈ ਉਹ ਗੰਭੀਰ ਵੀ ਹੋ ਸਕਦੀ, ਕਿਉਂਕਿ ਖਾਸ ਤੌਰ ਦੇ ਉੱਪਰ ਜਦੋਂ ਸੁਣਿਆ ਜਾਂਦਾ ਹੈ ਕਿ ਸੋਨਿਕ ਗਨ ਦਾ ਇਸਤੇਮਾਲ ਹੁੰਦਾ ਹੈ ਤਾਂ ਉਹ ਕੰਨ ਦੇ ਜਿਹੜੇ ਪਰਦੇ ਤੱਕ ਵੀ ਪਾੜ ਸਕਦੀ ਹੈ, ਔਰ ਕਈ ਅਜਿਹੇ ਹਾਲਾਤ ਵੀ ਬਣ ਜਾਂਦੇ ਨੇ ਕਿ ਕੰਨਾਂ ਦੇ ਵਿੱਚੋਂ ਬਲੱਡ ਤੱਕ ਜਿਹੜਾ ਆਉਣ ਦੀ ਸੰਭਾਵਨਾ ਉਹ ਬਣੀ ਰਹਿੰਦੀ ਹੈ। ਤਾਂ ਹੁਣ ਭਾਵਨਾ ਦੇਖਣਾ ਹੋਵੇਗਾ ਕਿ 11 ਵਜੇ ਨੂੰ ਕੀ ਸਟ੍ਰੈਟਜੀ ਜਿਹੜੀ ਬਣਾਈ ਜਾਂਦੀ ਹੈ ਔਰ ਕੀ ਸਟੈਪ ਲਏ ਜਾਂਦੇ ਨੇ, ਕਿਉਂਕਿ ਅਜੇ ਤੱਕ ਇਹ ਸਾਰੀਆਂ ਚੀਜ਼ਾਂ ਗੁਪਤ ਰੱਖੀਆਂ ਗਈਆਂ ਕਿਸਾਨ ਜਥੇਬੰਦੀਆਂ ਵੱਲੋਂ। ਲੇਕਿਨ ਨਾਲ ਹੀ ਇਹ ਵੀ ਦੱਸਦੀ ਕਿ ਪਿਛਲੇ ਦਿਨੀ ਪੋਕਲੇਨ ਮਸ਼ੀਨਾਂ ਜਿਹੜੀਆਂ ਨੇ ਸ਼ੰਭੂ ਬਾਰਡਰ ਦੇ ਉੱਪਰ ਪਹੁੰਚ ਚੁੱਕੀਆਂ ਨੇ, ਨਾਲ ਹੀ JCB ਜਿਹੜੀ ਚਿੱਠੀ ਹੈ ਉਹ ਹਰਿਆਣੇ ਦੇ DGP ਵੱਲੋਂ ਪੰਜਾਬ ਦੇ DGP ਨੂੰ ਵੀ ਜਾਰੀ ਕੀਤੀ ਗਈ ਹੈ ਕਿ ਇਹ ਪੋਕਲੇਨ ਮਸ਼ੀਨਾਂ ਜਾਂ ਫਿਰ ਹੋਰ ਅਜਿਹੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਇੱਥੋਂ ਵਾਪਸ 1 ਕਿਲੋਮੀਟਰ ਦੂਰ ਲਿਜਾਇਆ ਜਾਵੇ। ਔਰ DGP ਪੰਜਾਬ ਨੇ ਵੀ ਆਦੇਸ਼ ਜਾਰੀ ਕੀਤੇ ਨੇ, DIG ਪਟਿਆਲਾ ਰੇਂਜ ਔਰ ਨਾਲ ਹੀ ਜਿਹੜੇ ਹੋਰ ਸੀਨੀਅਰ ਅਧਿਕਾਰੀ ਨੇ ਕਿ ਜਿਹੜੀਆਂ JCB ਨੇ ਪੋਕਲੇਨ ਮਸ਼ੀਨਾਂ ਜਿਹੜੇ ਬਜ਼ੁਰਗ ਨੇ ਜਾਂ ਫਿਰ ਛੋਟੇ ਬੱਚੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸੱਟ ਜਿਹੜੀ ਉਹ ਨਾ ਲੱਗ ਸਕੇ। ਦੇਖਣਾ ਹੋਵੇਗਾ ਕੀ ਅੱਗੋਂ ਸਥਿਤੀ ਬਣਦੀ ਹੈ, ਕਿਉਂਕਿ ਬੀਤੇ ਦਿਨੀ ਜਿਹੜਾ ਬੈਰੀਕੇਟਿੰਗ ਕਰਕੇ ਕਿਸਾਨਾਂ ਨੂੰ ਰੋਕਿਆ ਗਿਆ ਸੀ ਸ਼ੰਭੂ ਬਾਰਡਰ ਜਾਣ ਤੋਂ, ਤਾਂ ਉੱਥੇ ਵੀ ਝੜਪ ਹੋਈ ਹੈ ਔਰ ਇਹ ਝੜਪ ਜਿਹੜੀ ਹੈ ਉਸਦੇ ਵਿੱਚ ਇੱਕ ਜਿਹੜਾ SP ਆ ਉਸਨੂੰ ਜ਼ਖਮੀ ਹੋਣ ਦੀ ਵੀ ਜਿਹੜੀ ਇਹ ਗੱਲਾਂ ਸਾਹਮਣੇ ਆਈਆਂ, ਲੇਕਿਨ ਅਜੇ ਤੱਕ ਕੋਈ ਸਪਸ਼ਟੀਕਰਨ ਨਹੀਂ ਜਾਰੀ ਕੀਤਾ ਗਿਆ। ਤਾਂ ਹੁਣ ਦੇਖਣਾ ਹੋਵੇਗਾ ਕਿ ਅਗਲੇ ਹਾਲਾਤ ਕੀ ਬਣਦੇ ਆ, ਸ਼ੰਭੂ ਬਾਰਡਰ ਦੇ ਲਈ ਕਿਸਾਨ ਜਿਹੜੇ ਪਹੁੰਚਣ ਦੀ ਚੇਤ ਕਰ ਰਹੇ ਨੇ, ਕਿਉਂਕਿ ਬੀਤੇ ਦਿਨ ਜਦੋਂ ਕਿਸਾਨੀ ਆਗੂਆਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਵੱਧ ਤੋਂ ਵੱਧ ਜਿਹੜੇ ਲੋਕ ਉਹ ਸ਼ੰਭੂ ਬਾਰਡਰ ਖਨੌਰੀ ਜਾਂ ਫਿਰ ਡੱਬਾ ਪੁੱਛਣ, ਤਾਂ ਹੁਣ 11 ਵਜੇ ਨੂੰ ਮਹਿਜ 2 ਘੰਟੇ ਜਿਹੜੇ ਰਹਿ ਚੁੱਕੇ ਨੇ, ਕੀ ਹਾਲਾਤ ਬਣਦੇ ਨੇ, ਕਿਉਂਕਿ 10 ਵਜੇ ਤੋਂ ਬਾਅਦ ਲਗਾਤਾਰ ਜਿਹੜੀ ਸਟ੍ਰੈਟਜੀ ਬਣਨੀ ਸ਼ੁਰੂ ਹੋ ਜਾਵੇਗੀ ਔਰ 11 ਵਜੇ ਨੂੰ ਦਿੱਲੀ ਕੂਚ ਕਿਸਾਨ ਕਰਨ ਕੁਝ ਸਮਾਂ ਬਚਿਆ ਹੈ। ਦੇਖਦੇ ਆ ਹਾਲਾਤ ਜਿਹੜੇ ਕਿਸ ਤਰੀਕੇ ਦੇ ਬਣਦੇ ਨੇ, ਕਿਉਂਕਿ ਕਿਸਾਨ ਆਗੂਆਂ ਦਾ ਲਗਾਤਾਰ ਇਹੀ ਕਹਿਣਾ ਹੈ ਕਿ ਅਸੀਂ ਪੀਸਫੁਲੀ ਇਸ ਅੰਦੋਲਨ ਨੂੰ ਅੱਗੇ ਵਧਾਵਾਂਗੇ ਔਰ ਸ਼ੰਭੂ ਬਾਰਡਰ ਤੱਕ ਜਿਹੜਾ ਕੂਚ ਉਹ ਕਰਾਂਗੇ। ਜੀ ਬਾਬਾ, ਧੰਨਵਾਦ ਮਨਜੋਤ, ਹੋਰ ਜਾਣਕਾਰੀ ਲਈ ਜੁੜੇ ਰਹਾਂਗੇ ਤੁਹਾਡੇ ਨਾਲ। ਅਸੀਂ ਮੇਰੇ ਸਹਿਯੋਗੀ ਮਨਜੋਤ, ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ, ਜਿਸ ਦੇ ਵਿੱਚ ਕਿ ਵੱਡਾ ਬਿਆਨ ਜਿਹੜਾ ਵਾ ਉਹ ਕਿਸਾਨ ਆਗੂ ਪੰਦੇਰ ਦੇ ਵੱਲੋਂ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਅੱਜ ਜਿਹੜੇ ਕਿਸਾਨ ਦਿੱਲੀ ਕੂਚ ਕਰਨਗੇ ਤੇ ਕੇਂਦਰ ਸਰਕਾਰ ਦੇ ਨਾਲ ਅੱਜ ਕਿਸਾਨ ਖੂਨ ਦੀ ਹੋਲੀ ਖੇਡਣਗੇ। ਵੱਡਾ ਬਿਆਨ ਪੰਦੇਰ ਦੇ ਵੱਲੋਂ ਜਿਹੜਾ ਹੈ ਸ਼ੰਭੂ ਬਾਰਡਰ ਤੇ ਦਿੱਤਾ ਗਿਆ ਹੈ। ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਵੱਲੋਂ ਜਿਹੜੀ ਆ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ, ਮਤਲਬ ਕਿ ਅੱਜ ਕਿਸਾਨ ਜਿਹੜੇ ਕਿ ਆ ਦਿੱਲੀ ਕੂਚ ਲਈ ਪੂਰੀ ਉਹਨਾਂ ਦੇ ਵੱਲੋਂ ਤਿਆਰੀ ਕਰ ਲਈ ਗਈ ਹੈ। ਵੱਡੀਆਂ ਵੱਡੀਆਂ ਮਸ਼ੀਨਾਂ ਜਿਹੜੀਆਂ ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਵੱਲੋਂ ਲਿਆ ਕੇ ਖੜੀਆਂ ਕੀਤੀਆਂ ਗਈਆਂ ਨੇ। ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪੋਪਲੇਟ ਮਸ਼ੀਨ ਤੇ ਹੋਰ ਮਸ਼ੀਨਾਂ ਜਿਹੜੀਆਂ ਕਿਸਾਨਾਂ ਦੇ ਵੱਲੋਂ ਲਿਆਂਦੀਆਂ ਗਈਆਂ ਨੇ ਤੇ ਦਿੱਲੀ ਕੂਚ ਦੀ ਪੂਰੀ ਜਿਹੜੀ ਆ ਤਿਆਰੀ ਜਿਹੜੀ ਆ ਕਿਸਾਨਾਂ ਦੇ ਵੱਲੋਂ ਖਿੱਚ ਲਈ ਗਈ ਹੈ।